ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਿਲੰਡਰ ਬਲਾਸਟ ਦੇ ਵਿੱਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ ਤਾਂ ਦੱਸ ਦਈਏ ਕਿ ਹਾਦਸੇ ਦੇ ਵਿੱਚ ਦਾਦਾ ਦਾਦੀ ਪੋਤੇ ਸਮੇਤ ਬਹੂ ਦੀ ਵੀ ਮੌਤ ਹੋ ਗਈ ਹੈ ਤਾਂ ਦੱਸ ਦਈਏ ਕਿ ਰਾਹ ਦੇ ਸਮੇਂ ਵੱਡਾ ਹਾਦਸਾ ਹੋਇਆ ਸੀ ਤਾਂ ਲਾਈਟ ਗਈ ਸੀ ਰਾਤ ਦੇ ਸਮੇਂ ਤਾਂ ਜਦ ਵਾਪਸ ਆਉਂਦੀ ਹੈ ਤਾਂ ਅਚਾਨਕ ਐਡਾ ਵੱਡਾ ਧਮਾਕਾ ਹੋ ਗਿਆ ਜਿਸ ਕਰਕੇ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਪਸ਼ੂ ਵੀ ਕਈ ਇਸ ਦੇ ਹੇਠਾਂ ਦੱਬ ਜਾਂਦੇ ਆ ਜਿਸ ਕਰਕੇ ਉਹਨਾਂ ਦੀ ਵੀ ਦਰਦਨਾਕ ਮੌਤ ਹੋ ਜਾਂਦੀ ਹੈ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਸਿਲੰਡਰ ਬਲਾਸਟ ਹੋਇਆ ਤੇ ਇੱਕੋ ਪਰਿਵਾਰ ਦੇ ਹੁਣ 4 ਜੀਆਂ ਦੀ ਮੌਤ ਹੋ ਗਈ ਹੈ ਤਾਂ ਦਾਦਾ ਦਾਦੀ ਪੋਤੇ ਸਮੇਤ ਬਹੂ ਦੀ ਮੌਤ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਫਰੀਦਾਬਾਦ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਹੈ ਜਿੱਥੇ ਰਾਤ ਦੇ 2:30 ਵਜੇ ਦੇ ਕਰੀਬ ਜਦ ਲਾਈਟ ਚਲੀ ਗਈ ਸੀ ਤਾਂ ਇਹ ਲਾਈਟ ਜਦ ਵਾਪਸ ਆਉਂਦੀ ਹੈ ਤਾਂ ਉਸੇ ਸਮੇਂ ਇਹ ਧਮਾਕਾ ਹੋ ਜਾਂਦਾ ਹੈ ਜਿਸ ਦੇ ਵਿੱਚ 4 ਜੀਆਂ ਦੀ ਮੌਤ ਹੋ ਗਈ ਤਾਂ ਇਸ ਦੇ ਨਾਲ ਮਲਵੇ ਹੇਠਾਂ ਦੱਬ ਕੇ ਕਈ ਪਸ਼ੂਆਂ ਦੀ ਵੀ ਦਰਦਨਾਕ ਮੌਤ ਹੋ ਜਾਂਦੀ ਹੈ। ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਿਲੰਡਰ ਬਲਾਸਟ ਦੇ ਵਿੱਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ ਤਾਂ ਦੱਸ ਦਈਏ ਕਿ ਹਾਦਸੇ ਦੇ ਵਿੱਚ ਦਾਦਾ ਦਾਦੀ ਪੋਤੇ ਸਮੇਤ ਬਹੂ ਦੀ ਵੀ ਮੌਤ ਹੋ ਗਈ ਹੈ ਤਾਂ ਦੱਸ ਦਈਏ ਕਿ ਰਾਤ ਦੇ ਸਮੇਂ ਵੱਡਾ ਹਾਦਸਾ ਹੋਇਆ ਸੀ ਤਾਂ ਲਾਈਟ ਗਈ ਸੀ ਰਾਤ ਦੇ ਸਮੇਂ ਤਾਂ ਜਦ ਵਾਪਸ ਆਉਂਦੀ ਹੈ ਤਾਂ ਅਚਾਨਕ ਐਡਾ ਵੱਡਾ ਧਮਾਕਾ ਹੋ ਗਿਆ ਜਿਸ ਕਰਕੇ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਪਸ਼ੂ ਵੀ ਕਈ ਇਸ ਦੇ ਹੇਠਾਂ ਦੱਬ ਜਾਂਦੇ ਆ ਜਿਸ ਕਰਕੇ ਉਹਨਾਂ ਦੀ ਵੀ ਦਰਦਨਾਕ ਮੌਤ ਹੋ ਜਾਂਦੀ ਹੈ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਸਿਲੰਡਰ ਬਲਾਸਟ ਹੋਇਆ ਤੇ ਇੱਕੋ ਪਰਿਵਾਰ ਦੇ ਹੁਣ 4 ਜੀਆਂ ਦੀ ਮੌਤ ਹੋ ਗਈ ਹੈ ਤਾਂ ਦਾਦਾ ਦਾਦੀ ਪੋਤੇ ਸਮੇਤ ਬਹੂ ਦੀ ਮੌਤ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਫਰੀਦਾਬਾਦ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਹੈ ਜਿੱਥੇ ਰਾਤ ਦੇ 2:30 ਵਜੇ ਦੇ ਕਰੀਬ ਜਦ ਲਾਈਟ ਚਲੀ ਗਈ ਸੀ ਤਾਂ ਇਹ ਲਾਈਟ ਜਦ ਵਾਪਸ ਆਉਂਦੀ ਹੈ ਤਾਂ ਉਸੇ ਸਮੇਂ ਇਹ ਧਮਾਕਾ ਹੋ ਜਾਂਦਾ ਹੈ ਜਿਸ ਦੇ ਵਿੱਚ 4 ਜੀਆਂ ਦੀ ਮੌਤ ਹੋ ਗਈ ਤਾਂ ਇਸ ਦੇ ਨਾਲ ਮਲਵੇ ਹੇਠਾਂ ਦੱਬ ਕੇ ਕਈ ਪਸ਼ੂਆਂ ਦੀ ਵੀ ਦਰਦਨਾਕ ਮੌਤ ਹੋ ਜਾਂਦੀ ਹੈ। ਕਿਸੇ ਕਿੰਨੇ ਵਜੇ ਦੀ ਘਟਨਾ ਹੈ? 2:20 ਕੇ ਸੁਣੇ। ਔਰ ਕਿੰਨੇ ਆਦਮੀ ਕੋ ਚੋਟ ਆਈ ਹੈ? ਚੋਟ ਆਈ ਹੈ ਤੇ 4 ਆਦਮੀ ਆਈ ਹੈ ਜੀ। ਕਿਸ ਕਿਸ ਕੋ? ਮੇਰੇ ਭਾਈ ਦੇ ਪਰਿਵਾਰ। ਕੀ ਨਾਮ ਹੈ ਉਹਨਾਂ ਦਾ? ਸਰਜੀਤ ਫਾਰਮਾ ਜੀ। ਔਰ ਬੱਚੇ ਜਿਨ ਜਿਨ ਕੋ ਚੋਟ ਆਈ ਹੈ? ਬੱਚੇ ਦੇ ਜੀ ਇੱਕ ਬੱਚੇ ਨੂੰ ਚੋਟ ਆਈ ਹੈ ਔਰ ਦੋ ਇੱਕ ਉਸਦੀ ਘਰਵਾਲੀ ਹੈ। ਘਰਵਾਲੀ ਹੈ। ਕੀ ਨਾਮ ਹੈ ਉਸਦਾ ਘਰਵਾਲੀ ਦਾ? ਹਾਂ ਜੀ। ਘਰਵਾਲੀ ਦਾ ਕੀ ਨਾਮ ਹੈ? ਗੀਤਾ। ਔਰ ਬੱਚੋ ਕਾ ਨਾਮ? ਬੱਚੋ ਕਾ ਨਾਮ ਹੈ ਇੱਕ ਧਰਮਵੀਰ ਹੈ ਬਿੱਟੂ ਔਰ ਇੱਕ ਕਾ ਨਾਮ ਹੈ ਜੀ ਨਕੁਲ। ਇਸਮੇ ਕਿਸੀ ਕੀ ਮੌਤ ਹੋ ਗਈ? ਭਾਈ ਕੀ ਘਰਵਾਲੀ। ਕਿਆ ਨਾਮ ਹੈ ਉਸਕਾ? ਹਾਂਜੀ। ਉਨਕੀ ਭਾਈ ਕੀ ਘਰਵਾਲੀ ਕਾ ਕਿਆ ਨਾਮ ਹੈ? ਗੀਤਾ ਜੀ। ਗੀਤਾ। ਗੀਤਾ ਤੋਂ ਆਪ ਉਸਕੀ ਹੋ ਗਈ ਨਾ ਸਰ ਜੀ। ਭਾਈ ਘਰਵਾਲੀ ਜੈਕਰਨ ਕੇ ਕੀ ਘਰਵਾਲੀ ਕੇ ਪਤਾ ਹੈ। ਮੇਰੇ ਕੋਲ ਪੂਰਾ ਪਤਾ ਨਹੀਂ ਹੈ। ਕਿੰਨੇ ਐਕਸਪਾਇਰ ਹੋ ਗਏ ਕੁਝ ਪਤਾ ਹੈ ਆਪਕੋ? ਕਿੰਨੇ ਦੀ ਮੌਤ ਹੋ ਗਈ ਹੈ? ਹਾਂਜੀ 3 ਦਿਨ ਦੀ ਹੋਈ ਹੈ ਜੀ। 3 ਆਦਮੀ ਹੈ। ਕੌਣ ਕੌਣ? ਤੀਨ ਆਦਮੀ ਐਕਸਪਾਇਰ ਹੋ ਗਏ ਹੈ। ਔਰ ਕਿਆ ਹੋਇਆ? ਔਰ ਨੁਕਸਾਨ? ਤੀਨ ਆਦਮੀ ਐਕਸਪਾਇਰ ਹੋ ਗਏ। ਕੌਣ ਕੌਣ ਹੋ ਗਿਆ ਐਕਸਪਾਇਰ? ਮਾਂ ਬਾਪ ਕਾ ਨਾਮ ਕਿਆ ਸਰ ਜੀ? ਕਿਆ ਨਾਮ ਹੈ ਉਨਕਾ ਜੋ ਐਕਸਪਾਇਰ ਹੋਏ? ਮੇਰੇ ਭਾਈ ਕਾ ਨਾਮ ਹੈ ਸਰਜੀਤ ਜੀ। ਸਰਜੀਤ। ਔਰ ਉਸਕੀ ਘਰਵਾਲੀ? ਔਰ ਪੋਤਾ? ਪੋਤਾ ਜੀ ਛੋਟਾ ਵਾਲਾ। ਨਾਮ ਕਿਆ ਹੈ ਆਪਣਾ? ਨਾਮ ਵਿਜੇ ਸਿੰਘ ਫਾਗਨਾ। ਵਿਜੇ ਜੀ ਕੌਣ ਤੇ ਮਰਨੇ ਵਾਲੇ ਆਪਕੋ? ਇਹ ਮੇਰੇ ਪਰਿਵਾਰ ਕੇ ਚਾਚਾ ਕੇ ਲੱਗੇ। ਅੱਛਾ, ਹੁਆ ਕਿਆ? ਐਕਚੁਅਲੀ ਇਹ ਰਾਤ ਕੋ 2:20 ਪੇ ਇਹ ਲਾਈਟ ਗਈ ਹੈ ਔਰ ਅੰਦਰ ਨਾ ਜਾਣੇ ਇਹ ਤੋਂ ਜੋ ਅੰਦਰ ਸਪੋਟ ਉਹ ਚਲੇ ਗਏ ਔਰ ਇਕਦਮ ਇਹ ਬਲਾਸਟ ਹੋਇਆ ਸਿਲੰਡਰ। ਸਿਲੰਡਰ ਫਟਣੇ ਕੀ ਵਜ੍ਹਾ ਸੇ 4 ਡੈਥ ਕਮ ਆ ਰਹੀ ਵਾ। ਸ਼ੋਪ ਥੀ ਹਾਰਡਵੇਅਰ ਕੀ, ਉਸਕੇ ਉੱਪਰ ਇਹਨਾਂ ਨੇ ਰਹਿਵਾਸ ਬਣਾ ਰੱਖਾ ਥਾ ਏਕ ਹੀ ਰੂਮ। ਉਸਮੇ ਥੇ ਉਸਮੇ ਕੌਣ ਕੌਣ ਰਿਲੇਟਿਵ? ਉਸਮੇ ਇੱਕ ਤੋ ਸਰਜੀ ਉਨਕੀ ਵਾਈਫ ਔਰ ਇੱਕ ਪੋਤਾ। ਇਹ ਤੀਨ ਲੋਕ? ਹਾਂ। ਔਰ ਇਹ ਤੀਨੋ ਤੋ ਵਹੀਂ ਇਸਕੇ ਪੀਛੇ ਇਨਕਾ ਮਕਾਨ ਹੈ ਸਰਜੀਤ ਕੇ ਭਾਈ ਕੇ ਲੜਕੇ ਕੀ ਘਰਵਾਲੀ। ਅੱਛਾ। ਤੋ ਜੈਸੇ ਦੀਵਾਰ ਗਿਰੀ ਹੈ ਉਧਰ ਤੋ ਉਨਕੀ ਵਹਾਂ ਡੈਥ ਹੋ ਗਈ। ਵਹਾਂ ਉਸਕੇ ਸਰਜੀਤ ਜੋ ਹੈ ਉਨਕੇ ਭਤੀਜੇ ਕੀ। ਹਾਂ।
हाँ वो एक्सपायर हो गई और एक बच्चा था उनके पास, वो बच्चा भी एशियन में और उसके सिर में डॉक्टर का कॉल आया था कि भाई आप उसका ऑपरेशन करना ज़रूरी है, थोड़ा तो क्लॉट वगैरह अंदर, 8 साल का बच्चा बहुत ज़्यादा जी। रात के ये जब से ये घटना घटी है पूरा गांव जब से सोया नहीं और अब तक खाना नहीं बना गांव का, बहुत हृदय विदारक। और एक मध्यम फैमिली बहुत, उनके जो है दो पशु भी वहीं वो भी दब के मर गए बेचारे। बहुत ज़्यादा ये बुरी घटना घटी है और हालांकि प्रशासन पूरा सहयोग कर रहा है। सतीश फागना भी वो गांव से ही हमारे वो भी, हाँ सीमा त्रिखा जी भी आई, विजय प्रताप जी भी आए, सभी चल रहे हैं दुख में। हाँ लेकिन अब ये बच्चा बच जाए बस यही दुआ कर रहे हैं हम। लेकिन ये कमी ये सिलेंडर की हमें लग रही है क्योंकि सिलेंडर वहाँ फटा हुआ सब चीज़ दिख रही है। ये तो हमने रात फिर मशीनें बुला करे हार्डर वगैरह उनसे निकाले। थैंक यू सर। चोट आई है और जो एक उसकी घरवाली है, क्या नाम है उसका घरवाली का? हाँ जी, घरवाली का क्या नाम है? गीता। और बच्चों का नाम? बच्चों का नाम है एक का धर्मवीर है बिट्टू और एक का नाम है जी नकुल। इसमें तो किसी की भाई की घरवाली है, भाई की घरवाली। क्या नाम है उसका? हाँ जी, उनकी भाई की घरवाली का क्या नाम है? गीता जी। गीता, गीता तो उसकी होगी ना सर, उनकी भाई घरवाली जयकरण के, जयकरण गढ़ की घरवाली के सरकार है। मेरे को पूरा पता नहीं है। कितने कितने एक्सपायर हो गए कुछ पता है आपको? कितनों की मौत हो गई है? तीन आदमी। कौन कौन? कौन कौन? अभी पुरानी रिपोर्ट बता रहे हैं जी, रात नई रिपोर्ट का किसी को पता नहीं। तीन आदमी एक्सपायर हो गए हैं। और क्या हुआ और नुकसान? तीन आदमी एक्सपायर हो गए। कौन कौन हो गया एक्सपायर? माँ बाप और एक लड़का।